ਇੱਕ ਕਾਮਰੇਡ ਦਾ ਗੱਲ ਸੁਣੀ ਆ, ਕਹਿੰਦਾ ਕਿ ਜਿਹੜੀਆਂ ਅਰਦਾਸਾਂ ਕਰਦੇ ਨੇ ਸਿੱਖ, ਇਹਦਾ ਕੀ ਫਾਇਦਾ? ਇਹਦਾ ਕੋਈ ਫਾਇਦਾ ਥੋੜਾ ਹੁੰਦਾ? ਲੈ ਸੁਣ, ਅਰਦਾਸਾਂ ਵਾਲਿਆਂ ਦਾ ਕੀ ਫਾਇਦਾ? ਕਹਿੰਦੇ ਢੱਕਾਂ ਬਣ ਕੇ ਤੁਰ ਪਿਆ ਸੀ ਅਬਦਾਲੀ, ਉਹ ਮਾਪੇ ਰਹਿ ਗਏ ਵਿਲਕਦੇ, ਘਰ ਹੋ ਗਏ ਖਾਲੀ, ਉਹ ਕਈ ਸੀਤਾ ਇੱਥੇ ਹਰ ਲੀਆਂ, ਹੋਏ ਨਗਲ ਪਚਾਲੀ। ਓਏ ਉਦੋਂ ਕਿੱਥੇ ਸੀ ਓ ਤੁਸੀਂ? ਉਦੋਂ ਇਹ ਅਰਦਾਸਾਂ ਵਾਲੇ ਯੋਧੇ ਹੀ ਕੰਮ ਆਏ ਸੀ, ਜਿਹੜੇ ਅਰਦਾਸੇ ਸੋਧ ਸੋਧ ਤੁਰੇ ਸੀ। ਕਹਿੰਦੇ ਕਈ ਸੀਤਾ ਇੱਥੇ ਹਰ ਲੀਆਂ, ਹੋਈ ਨਗਨ ਪੰਚਾਲੀ, ਉਹ ਨਾ ਫਰਕੀ ਭੁਜਾ ਭੀਮ ਦੀ, ਨਾ ਗਦਾ ਸੰਭਾਲੀ। ਓਏ ਉਦੋਂ ਇੱਥੇ ਕੋਈ ਭੀਮ ਸੈਨ ਨਹੀਂ ਉੱਠਿਆ। ਉਹ ਨਾ ਫਰਕੀ ਭੁਜਾ ਭੀਮ ਦੀ, ਨਾ ਗਦਾ ਸੰਭਾਲੀ, ਨਾ ਉੱਠਿਆ ਕੋਈ ਅਰਜਨ ਕਮਾਣ ਦਾ ਵਾਲੀ। ਕੋਈ ਇੱਥੇ ਅਰਜਨ ਵੀ ਨਹੀਂ ਉੱਠਿਆ, ਉਦੋਂ ਅਰਦਾਸਾਂ ਵਾਲੇ ਯੋਧੇ ਹੀ ਉੱਠੇ, ਜਿਨ੍ਹਾਂ ਨੂੰ ਅਰਦਾਸਾਂ ਤੇ ਨਿਸ਼ਚਾ ਸੀ। ਉਹ ਨਾ ਉੱਠਿਆ ਕੋਈ ਅਰਜਨ, ਨਾ ਕਮਾਣ ਸੰਭਾਲੀ। ਉਹ ਫਿਰ ਇਕੱਠੇ ਹੋਏ ਸੂਰਮੇ, ਸੁਣ ਹੁਕਮ ਅਕਾਲੀ, ਉਹ ਪਿਪਲੀ ਸਾਹਿਬ ਢਾਲਿਆ ਸਿੰਘਾਂ ਨੇ ਬਦਾਲੀ। ਵਿੱਚ ਤੀਰ ਤਲਵਾਰ ਵਾਰੀ ਨੂੰ ਪਰੋ ਗਿਆ, ਜੰਗ ਪਿਪਲੀ ਸਾਹਿਬ ਵਿੱਚ ਸ਼ੁਰੂ ਹੋ ਗਿਆ। ਉਹ ਅਬਦਾਲੀ ਜਿਹੜਾ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਲੁੱਟ ਕੇ ਖੜਦਾ ਸੀ, ਉਹ ਪਿਪਲੀ ਸਾਹਿਬ ਢਾਲਿਆ ਸਿੰਘਾਂ ਨੇ ਬਦਾਲੀ। ਉਹ ਰੱਖ ਵਿਖਾਈ ਯੋਧਿਆਂ, ਉਹ ਸਿੰਘਾਂ ਮਰਦਾਂ ਵਾਲੀ, ਉਹ ਸਿੰਘਾਂ ਮਰਦਾਂ ਵਾਲੀ। ਇਹ ਹੀ ਅਰਦਾਸਾਂ ਵਾਲੇ ਯੋਧੇ, ਇਹ ਫਾਇਦਾ ਅਰਦਾਸਾਂ ਦਾ। ਉਹ ਜਿਹੜਾ ਲੁੰਡਾ ਦਰਿਆ ਕਹਿੰਦਾ ਸੀ ਵੀ ਮੈਂ ਹਿੰਦੁਸਤਾਨ ਜਾਣਾ ਤੇ ਗੰਗਾ ਵਿਆਹ ਕੇ ਲਿਆਉਣੀ ਆ, ਉਹਦੇ ਵਿੱਚ ਜਿਹੜਾ ਅੱਗੇ ਅਟਕ ਦਰਿਆ ਟੱਕਰਦਾ ਨਾ, ਉਸ ਵਿੱਚ ਵੀ ਘੋੜਾ ਪਹਿਲੀ ਵਾਰੀ ਬਾਬੇ ਫੂਲਾ ਸਿੰਘ ਅਕਾਲੀ ਨੇ ਹੀ ਪਾਇਆ ਸੀ, ਉਹਨਾਂ ਨੇ ਅਰਦਾਸ ਕਰਕੇ ਪਾਇਆ ਸੀ। ਕਹਿੰਦਾ ਭੈ ਵਿੱਚ ਪਵਨ ਵਹਾ ਸਦਵਾਓ, ਭੈ ਵਿੱਚ ਚਲੀਆ ਲੱਖ ਦਰਿਆਓ। ਕਹਿੰਦੇ ਪਾ ਦੋ ਘੋੜਾ, ਅੱਜ ਤੁਸੀਂ ਕਹਿੰਦੇ ਹੋ ਕਾਰਗਿਲ ਦੀ ਜੰਗ ਜਿੱਤੀ। ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਨਸ਼ਹਿਰੇ ਦੀ ਜੰਗ ਜਿੱਥੇ ਬਾਬਾ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ ਆ, ਉਸ ਜੰਗ ਵਿੱਚ ਕਾਰਗਿਲ ਤੋਂ ਕਿਤੇ ਜ਼ਿਆਦਾ ਫੌਜ ਸੀ ਤੇ ਕਾਰਗਿਲ ਤੋਂ ਕਿਤੇ ਜ਼ਿਆਦਾ ਵੱਡੇ ਔਖੇ ਮਿਸ਼ਨ ਸੀ। ਤਿੰਨ ਜਗ੍ਹਾ ਪਹਾੜੀ ਤੇ ਦੁਸ਼ਮਣ ਬੈਠਾ ਸੀ, ਉਸ ਜੰਗ ਨੂੰ ਵੀ ਫਤਿਹ ਕੀਤਾ ਇਹਨਾਂ ਅਰਦਾਸਾਂ ਵਾਲਿਆਂ। ਹੁਣ ਸੁਣੋ ਅਰਦਾਸਾਂ ਦਾ, ਤੁਸੀਂ ਕਹਿੰਦੇ ਹੋ ਵੀ ਅਰਦਾਸਾਂ ਦਾ ਕੀ ਫਾਇਦਾ? ਇੱਕ ਸੁਰਤ ਇੱਕ ਮਤ ਇੱਕ ਬੁੱਧ ਵਿੱਚ ਇੱਕ ਚਿੱਤ ਵਿੱਚ ਆਖੋ ਧੰਨ ਸ੍ਰੀ ਭਗਵਤੀ। ਜਦੋਂ ਮੁਗਲ ਐਲਾਨ ਕੀਤਾ ਸੀ, ਕਹਿੰਦਾ ਸਿੰਘਣ ਖੂਨ ਮਾਫ ਹਮ ਕੀਨੇ, ਜਿੱਤ ਲੱਭੋ ਤਿੱਤ ਮਾਰੋ ਚੀਨੇ। ਕਹਿੰਦੇ ਲੂਟ ਕੂਟ ਉਸ ਮਾਫ ਹਮ ਕਰੀ, ਹਮਰੀ ਲਿਖਤ ਹੈ ਜਾਣੋ ਖਰੀ। ਕਹਿੰਦਾ ਜੋ ਸਿੰਘਣ ਕੋ ਲਕਾਵੈ, ਕਹਿੰਦਾ ਵਹਿ ਵੀ ਆਪਣੀ ਜਾਨ ਗਵਾਵੈ। ਕਹਿੰਦਾ ਆਵੈ ਸਿੰਘ ਬਤਾਵੈ ਨਾਹੀ, ਕਹਿੰਦਾ ਆਵੈ ਸਿੰਘ ਬਤਾਵੈ ਨਾਹੀ, ਵਹਿ ਵੀ ਆਪਣੀ ਜਿੰਦ ਗਵਾਹੀ। ਜੋ ਸਿੰਘਣ ਕੋ ਸਾਕ ਕਰੇਵੈ, ਜੋ ਸਿੰਘਣ ਕੋ ਕਹਿੰਦਾ ਸਾਕ ਕਰੇਵੈ, ਮੁਸਲਮਾਨ ਸੋ ਹੋਵਣ ਲੇਵੈ। ਜੋ ਸਿੰਘਣ ਕੋ ਦੇਵੈ ਨਾਜ, ਜੋ ਸਿੰਘਣ ਕੋ ਦੇਵੈ ਨਾਜ, ਮੁਸਲਮਾਨ ਕਰੋ ਤਿਸ ਕਾਜ। ਇਹ ਐਲਾਨ ਹੀ ਉਦੋਂ ਵੀ ਅਰਦਾਸਾਂ ਵਾਲੇ ਸੂਰਮੇ ਹੀ ਗੱਜੇ ਸੀ। ਕਿਉਂ ਗੱਜੇ ਸੀ, ਕਿਉਂ ਤੇਗ ਚੱਕੀ ਸੀ? ਹਿੰਦੁਸਤਾਨ ਦੀ ਇੱਜ਼ਤ ਬਚਾਉਣ ਵਾਸਤੇ। ਜਿੱਥੇ ਕਦੀ ਮਹਿੰਦਰੂ ਘਾਟ ਤੇ ਰਾਜਕੁਮਾਰ ਮਹਿੰਦਰ ਨੇ ਸ਼ਸਤਰ ਆਪਣੇ ਸੁੱਟਦੇ ਸੀ ਨਾ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਗ ਕੱਢ ਕੇ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ।
ਕਹਿੰਦਾ ਪ੍ਰਿਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਗ ਕੱਢ ਕੇ ਕਿਹਾ ਸੀ, ਕਿਉਂ ਕਿਹਾ ਸੀ, ਅੱਜ ਤੁਸੀਂ ਤੇਗ ਤੇ ਅਰਦਾਸਾਂ ਤੇ ਕ੍ਰਿਟੀਸਾਈਜ਼ ਕਰਦੇ ਹੋ, ਹਿੰਦੁਸਤਾਨ ਦੀ ਇੱਜ਼ਤ ਆਬਰੂ ਬਚਾਉਣ ਵਾਸਤੇ ਤੇਗ ਚੱਕੀ ਸੀ। ਤੇ ਜਿਹੜੇ ਇਹ ਲੋਕ ਕਾਮਰੇਡ ਕਹਿੰਦੇ ਆ ਨਾ ਵੀ ਅਰਦਾਸਾਂ ਦਾ ਕੀ ਫਾਇਦਾ, ਇਹ ਅਰਦਾਸਾਂ ਦਾ ਹੀ ਫਾਇਦਾ ਸੀ, ਜਿੱਥੇ ਕਦੀ ਹੜ ਆ ਜੇ, ਜਿੱਥੇ ਕੋਈ ਜੰਗ ਲੱਗ ਜੇ, ਉੱਥੇ ਗੁਰੂ ਕਾ ਲੰਗਰ ਹੀ ਚੱਲਦਾ। ਜੇ ਪੂਰੀ ਦੁਨੀਆਂ ਦੇ ਵਿੱਚ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦੇ ਆ, ਦੱਸੋ ਕਾਮਰੇਡੋ ਕਿਹੜਾ ਤੁਹਾਡਾ ਨਿਸ਼ਾਨ ਸਾਹਿਬ ਤੇ ਕਿਹੜਾ ਕਿੱਥੇ ਝੂਲ ਰਿਹਾ? ਜੇ ਕੋਈ ਹੈਗਾ ਤੇ ਦੱਸੋ ਖਾਲਸੇ ਦੇ ਨਿਸ਼ਾਨ ਸਾਹਿਬ, ਉਹ ਅਰਦਾਸਾਂ ਕਰਨ ਵਾਲਿਆਂ ਦੇ ਨਿਸ਼ਾਨ ਸਾਹਿਬ ਪੂਰੀ ਦੁਨੀਆਂ ਦੇ ਵਿੱਚ ਝੂਲਦੇ ਆ। ਅੱਜ ਜਿੰਨੀ ਮਾਨਵਤਾ, ਪੂਰੀ ਮਾਨਵਤਾ ਦੇ ਵਿੱਚ ਜਿੰਨੀ ਦਇਆ ਸਿੱਖ ਧਰਮ ਵਿਖਾਲ ਰਿਹਾ, ਜੇ ਕੋਈ ਹੈਗਾ ਤੇ ਦੱਸੋ, ਇਹ ਅਰਦਾਸਾਂ ਕਰਨ ਵਾਲੇ ਹੀ ਵਿਖਾਲ ਰਹੇ ਨੇ। ਸਿੱਖਾਂ ਦੀਆਂ ਤੇਗਾਂ ਤੇ ਕ੍ਰਿਟੀਸਾਈਜ਼ ਕਰਨ ਵਾਲਿਓ, ਅਰਦਾਸਾਂ ਤੇ ਕ੍ਰਿਟੀਸਾਈਜ਼ ਕਰਨ ਵਾਲਿਓ, ਸੁਧਰ ਜੋ, ਸੁਧਰ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।